ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅਗਰ ਸਾਡੀ ਸਰਕਾਰ ਸੱਤਾ 'ਚ ਆਉਂਦੀ ਹੈ ਤਾਂ ਅਸੀਂ ਦੇਸ਼ ਧਰੋਹ ਦੇ ਕੇ ਜਿਹੜੇ ਮਾਮਲੇ ਦਰਜ ਹੁੰਦੇ ਨੇ ਉਹਨਾਂ ਦੇ ਵਾਸਤੇ ਹੋਰ ਸਖਤੀ ਵਰਤਿਆ ਕਰਾਂਗੇ। ਦਲ ਖਾਲਸਾ ਦੇ ਬਾਰੇ ਕੀ ਸੋਚਦਾ? BJP ਦੇ ਸਰਕਾਰ ਦੇ ਗ੍ਰਹਿ ਮੰਤਰੀ ਨੇ ਕੱਲ੍ਹ ਇਹ ਬਿਆਨ ਦਿੱਤਾ ਕਿ ਉਹ ਦੇਸ਼ ਧਰੋਹ ਦੀਆਂ ਪ੍ਰੋਵੀਜ਼ਨਸ ਨੂੰ ਹੋਰ ਸਖਤ ਕਰਨਗੇ। BJP RSS ਦੀ ਪੋਲੀਟੀਕਲ ਵਿੰਗ ਹੈ ਔਰ RSS ਦਾ ਇਹ ਬਹੁਤ ਲੰਮਾ ਏਜੰਡਾ ਹੈਗਾ, ਬਹੁਤ ਦੇਰ ਤੋਂ ਇਸ 'ਤੇ ਕੰਮ ਕਰ ਰਹੇ ਨੇ ਕਿ ਭਾਰਤ ਦੇ ਜਿਹੜੇ ਸਾਰੇ ਵਸਨੀਕ ਨੇ, ਜਿਹੜੇ ਗੈਰ ਹਿੰਦੂ ਵੀ ਨੇ, ਮੁਸਲਮਾਨ, ਸਿੱਖ, ਨਾਗਾ, ਕਸ਼ਮੀਰੀ, ਸਾਰਿਆਂ ਨੂੰ ਉੱਤੇ ਹਿੰਦੁੱਤਵ ਕਲਚਰ ਥੋਪਣਾ। ਹਿੰਦੁੱਤਵ ਕਲਚਰ ਨੂੰ ਥੋਪਣ ਲਈ ਉਹਨਾਂ ਨੂੰ ਬਲੈਕ ਲਾਜ਼ ਦੀ, ਡਰੈਕੋਨੀਅਨ ਲਾਜ਼ ਦੀ ਲੋੜ ਹੈ ਔਰ ਉਹ ਇਹੋ ਜਿਹਾ ਕਾਨੂੰਨ ਲਿਆਉਣਾ ਚਾਹੁੰਦੇ ਨੇ ਜਿਹਦੇ ਨਾਲ ਸਾਰਿਆਂ ਦੀ ਸੰਘੀ ਨੱਪੀ ਜਾ ਸਕੇ, ਸਾਰਿਆਂ ਦੀ ਆਵਾਜ਼ ਦਬਾਈ ਜਾ ਸਕੇ, ਕਿਉਂਕਿ ਉਹਨਾਂ ਦਾ ਅਲਟੀਮੇਟ ਜਿਹੜਾ ਗੋਲ ਹੈ, ਏਜੰਡਾ, ਉਹ ਹਿੰਦੁੱਤਵ ਏਜੰਡੇ ਨੂੰ, ਹਿੰਦੁੱਤਵ ਕਲਚਰ ਨੂੰ ਗੈਰ ਹਿੰਦੂਆਂ 'ਤੇ ਥੋਪਣਾ। ਔਰ ਦੇਖੋ, ਜਦੋਂ ਦੁਨੀਆ ਦੇ ਭਰ ਦੇ ਜਿਹੜੇ ਵਾਈਬ੍ਰੈਂਟ, ਜਿਹੜੇ ਮੈਚੋਰ, ਸੁਲਝੀਆਂ ਹੋਈਆਂ ਡੈਮੋਕ੍ਰੇਸੀਜ਼ ਨੇ, ਉਹ ਸੈਡੀਸ਼ਨਸ ਲਾਅ ਨੂੰ ਖਤਮ ਕਰ ਰਹੇ ਨੇ, ਅਬੋਲਿਸ਼ ਕਰ ਰਹੇ ਨੇ, ਅਤੇ ਜਿਹੜੀ ਮੋਦੀ ਸਰਕਾਰ ਹੈ, ਮੋਦੀ ਰਜੀਮ ਹੈ, ਉਹ ਇਸ ਨੂੰ ਹੋਰ ਡੈਕੋਨੀਅਨ, ਹੋਰ ਸਖਤ ਕਰਨਾ ਚਾਹੁੰਦੀ ਹੈ। ਸੋ ਇਹ ਬੜਾ ਕਲੀਅਰ ਹੈ ਕਿ BJP ਇਸ ਡਰੈਕੋਨੀਅਨ ਲਾਜ਼ ਦੇ ਰਾਹੀਂ, ਇਹਨਾਂ ਕਾਲੇ ਕਾਨੂੰਨਾਂ ਰਾਹੀਂ ਮਿਨੋਰਟੀਜ਼ ਨੂੰ ਔਰ ਖਾਸ ਤੌਰ 'ਤੇ ਉਹ ਵਿਸ਼ੇਸ਼ ਐਥਨਿਕ ਮਿਨੋਰਟੀਜ਼, ਉਹ ਧਰਮ, ਉਹ ਕੌਮਾਂ ਜਿਹੜੀਆਂ ਆਪਣੀਆਂ ਵੱਖਰੀਆਂ ਐਸਪੀਰੇਸ਼ਨਸ ਰੱਖਦੀਆਂ ਨੇ, ਆਪਣੀ ਆਈਡੈਂਟੀ ਨੂੰ ਬਰਕਰਾਰ ਰੱਖਣਾ ਚਾਹੁੰਦੀਆਂ ਨੇ, ਆਪਣੇ ਲਈ ਸਵੈ ਰਾਜ ਦੀ ਮੰਗ ਕਰ ਰਹੀਆਂ ਨੇ, ਉਹਨਾਂ ਕੌਮਾਂ ਨੂੰ ਦਬਾ ਕੇ ਰੱਖਣਾ, ਉਹਨਾਂ ਦੀ ਆਵਾਜ਼ ਨੂੰ ਦਬਾ ਕੇ ਰੱਖਣਾ। ਔਰ ਇਸ ਰਾਹੀਂ ਇੱਕ ਹੋਰ ਬਹੁਤ ਜਿਹੜਾ ਘਾਤਕ ਗੱਲ ਹੋਣੀ ਹੈ ਉਹ ਇਹ ਹੈ ਕਿ ਜਿਹੜੀ ਫਰੀਡਮ ਆਫ ਸਪੀਚ ਹੈ, ਜਿਹੜਾ ਰਾਈਟ ਟੂ ਹੋਲਡ ਇੰਡੀਪੈਂਡੈਂਟ ਬਿਲੀਵ ਹੈ ਕਿ ਤੁਸੀਂ ਆਪਣੇ ਇੱਕ ਵੱਖਰੇ ਵਿਚਾਰ ਰੱਖ ਸਕਦੇ ਹੋ, ਤੁਸੀਂ ਡਿਸੈਂਟ ਕਰ ਸਕਦੇ ਹੋ, ਤੁਸੀਂ ਆਪਣੇ ਵੱਖਰੀ ਵਿਚਾਰਧਾਰਾ ਦੇ ਨਾਲ ਪੋਲੀਟਿਕਸ ਕਰ ਸਕਦੇ ਹੋ, ਉਹ ਸਪੇਸ ਵੀ ਇਹ ਕਾਲੇ ਕਾਨੂੰਨ ਖਤਮ ਕਰਨਗੇ। ਔਰ BJP ਦੀ ਮੰਸ਼ਾ ਹੀ ਇਹ ਹੈ ਕਿ ਕਿਸੇ ਤਰੀਕੇ ਦੇ ਨਾਲ ਮਿਨੋਰਟੀਜ਼ ਦੀ, ਜਿਹੜਾ ਉਹਨਾਂ ਦੀ ਆਵਾਜ਼ ਦਬਾਈ ਜਾਏ, ਉਹਨਾਂ ਦੀ ਜਿਹੜੀ ਸੰਗੀ ਹੈ ਉਹ ਘੁੱਟੀ ਜਾਵੇ। ਲੇਕਿਨ BJP ਨੇ ਬਲੈਕ ਲਿਸਟ ਜਿਹੜੀ ਹੈਗੀ ਸੀ ਵਿਦੇਸ਼ਾਂ 'ਚ ਵਸਦੇ ਸਿੱਖਾਂ ਦੀ, ਕਾਲੀ ਸੂਚੀ, ਉਹ ਤਾਂ ਖਤਮ ਕਰ ਦਿੱਤੀ ਹੈ। 30 ਸਾਲ ਕਾਲੇ ਸੂਚੀ ਬਣਾ ਕੇ ਸਿੱਖਾਂ ਨੂੰ ਖੱਜਲ ਖੁਆਰ ਕਰਕੇ, ਉਹਨਾਂ ਦੇ ਤਰਲੇ ਕਢਵਾ ਕੇ, ਉਹਨਾਂ ਨੂੰ ਹਿਊਮੀਲੇਟ ਕਰਕੇ, ਜ਼ਲੀਲ ਕਰਕੇ, ਉਹਨਾਂ ਨੂੰ ਉਹਨਾਂ ਦੇ ਧਰਤੀ 'ਤੇ ਨਾ ਆਉਣ ਤੋਂ ਮਹਿਰੂਮ ਰੱਖ ਕੇ, ਜੇ 30 ਸਾਲ ਬਾਅਦ ਉਹ ਖਤਮ ਹੋ ਵੀ ਗਈ ਹੈ ਤਾਂ ਕੋਈ ਮੈਨੇ ਨਹੀਂ ਰੱਖਦੀ, ਕਿਉਂਕਿ ਹੁਣ ਉਸ ਦੇ ਵਿੱਚ ਕੋਈ ਲਿਸਟ ਦੇ ਵਿੱਚ ਨੰਬਰ ਇੰਨੇ ਘੱਟ ਗਏ ਸੀ ਔਰ ਜਿਹੜੇ ਵੀਰ ਉਸ ਲਿਸਟ ਦੇ ਵਿੱਚ ਰਹਿ ਗਏ ਸੀ ਉਹ ਖੁਦ ਹੀ ਮਤਲਬ ਇੰਡੀਆ ਜਾਂ ਭਾਰਤ ਜਾਂ ਪੰਜਾਬ ਨਹੀਂ ਆਉਣਾ ਚਾਹੁੰਦੇ। ਪੰਜਾਬ ਵਿੱਚ 19 ਤਰੀਕ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ, ਤੁਸੀਂ ਇਹਨਾਂ ਚੋਣਾਂ ਨੂੰ ਕਿਸ ਤਰ੍ਹਾਂ ਵੇਖਦੇ ਹੋ? ਦੇਖੋ, 19 ਤਰੀਕ ਨੂੰ ਲੋਕ ਸਭਾ ਦੀਆਂ ਚੋਣਾਂ ਨੇ, ਦਲ ਖਾਲਸਾ ਪਹਿਲਾਂ ਹੀ ਐਲਾਨ ਕਰ ਚੁੱਕਾ ਅਸੀਂ ਇਹਨਾਂ ਚੋਣਾਂ ਤੋਂ ਬਾਹਰ ਹਾਂ, ਅਸੀਂ ਚੋਣਾਂ ਵਿੱਚ ਹਿੱਸਾ ਨਹੀਂ ਲੈ ਰਹੇ, ਚੋਣਾਂ ਦਾ ਬਾਈਕਾਟ ਕਰ ਰਹੇ ਹਾਂ ਇੱਕ ਤਰੀਕੇ ਦੇ ਨਾਲ। ਅਸੀਂ ਬਾਈਕਾਟ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਸਾਨੂੰ ਲੱਗਦਾ ਹੈ ਕਿ ਸਵੈ ਨਿਰਣੇ ਦੇ ਹੱਕ ਤੋਂ ਬਿਨਾਂ ਚੋਣਾਂ ਜਿਹੜੀਆਂ ਭਾਰਤੀ ਨਿਜ਼ਾਮ ਹੇਠ ਚੋਣਾਂ ਨੇ ਉਹ ਬੇਮਾਇਨੇ ਨੇ। 1952 ਤੋਂ ਬਾਅਦ ਅਤੇ ਖਾਸ ਤੌਰ 'ਤੇ 1984 ਤੋਂ ਬਾਅਦ ਅਕਾਲੀ ਸਰਕਾਰਾਂ ਵੀ ਬਣੀਆਂ, ਸਿੱਖਾਂ ਨੇ ਅਕਾਲੀ ਨੁਮਾਇੰਦੇ ਵੀ ਪਾਰਲੀਮੈਂਟ ਦੇ ਵਿੱਚ ਭੇਜੇ, ਪਰ ਪੰਜਾਬ ਮਸਲਾ ਜਿਹੜਾ ਉਹ ਹੱਲ ਨਹੀਂ ਹੋਇਆ। ਪੰਜਾਬ ਸਮੱਸਿਆ ਅੱਜ ਵੀ ਸਮੱਸਿਆ ਹੈ, ਕੋਈ ਵੀ ਮੁੱਦਾ ਹੱਲ ਨਹੀਂ ਹੋਇਆ। ਜਿਹੜੀਆਂ ਪਾਰਟੀਆਂ ਦੇ ਨੁਮਾਇੰਦੇ ਚੁਣ ਕੇ ਪਾਰਲੀਮੈਂਟ ਜਾਂਦੇ ਨੇ ਉਹ ਆਪਣੀ ਪਾਰਟੀਆਂ ਦੇ ਪੋਲਿਸੀਜ਼ ਦੇ ਤਹਿਤ ਪਾਬੰਦ ਰਹਿੰਦੇ ਨੇ ਔਰ ਉਸ ਘੇਰੇ ਤੋਂ ਬਾਹਰ ਨਿਕਲਦੇ ਨਹੀਂ, ਉਹ ਕੌਮ ਦੀ ਗੱਲ ਤਾਂ ਕਰਦੇ ਹੀ ਨਹੀਂ, ਉਹ ਸਿਰਫ ਪਾਰਟੀ ਦੀ ਗੱਲ ਕਰਦੇ ਨੇ ਅਤੇ ਜੋ ਪਾਰਟੀ ਦਾ ਹੁਕਮ ਹੁੰਦਾ
ਉਹੀ ਉਹ ਗੱਲ ਕਰਦੇ ਨੇ। ਅਤੇ ਜਿੱਥੋਂ ਤੱਕ ਆਪਾਂ ਭਾਜਪਾ ਦਾ ਦੇਖਦੇ ਹਾਂ, ਕਾਂਗਰਸ ਦਾ ਦੇਖਦੇ ਹਾਂ ਔਰ ਅਕਾਲੀ ਦਲ ਦਾ ਦੇਖਦੇ ਹਾਂ, ਇਹਨਾਂ ਪਾਰਟੀਆਂ ਦੀ ਪੋਲਿਸੀਜ਼ ਜਿਹੜੀ ਹੈ ਐਂਟੀ ਸਿੱਖਸ ਰਹੀ ਹੈ, ਹਮੇਸ਼ਾ ਐਂਟੀ ਸਿੱਖ ਐਸਪੀਰੇਸ਼ਨਸ ਰਹੀ ਹੈ, ਸਿੱਖਾਂ ਦੀ ਐਸਪੀਰੇਸ਼ਨਸ ਨੂੰ ਦਬਾਉਣ ਲਈ ਰਹੀ ਹੈ। ਔਰ ਇਹਨਾਂ ਨੇ ਹਮੇਸ਼ਾ ਨਿੱਜੀ ਸਵਾਰਥ ਲਈ ਇਹ ਅਹੁਦੇ ਵਰਤੇ ਨੇ, ਕਦੀ ਕੌਮ ਦਾ ਫਾਇਦਾ ਲੈਣ ਲਈ ਇਹਨਾਂ ਨੇ ਇਹ ਅਹੁਦੇ ਨਹੀਂ ਵਰਤੇ। ਔਰ ਇਹ ਸਾਰੀਆਂ ਹੀ ਜਿਹੜੀਆਂ ਪਾਰਟੀਆਂ ਨੇ ਇੱਕੋ ਡਾਲ ਦੇ ਪੰਛੀ ਨੇ, ਸੋ ਅਸੀਂ ਸਮਝਦੇ ਹਾਂ ਕਿ ਇਹਨਾਂ ਤੋਂ ਕੋਈ ਫਾਇਦਾ ਜਾਂ ਕੋਈ ਲਾਭ ਨਹੀਂ ਕੌਮ ਨੂੰ ਹੋਣ ਵਾਲਾ। ਔਰ ਸਭ ਤੋਂ ਵੱਡੀ ਗੱਲ ਹੈ, ਦੇਖੋ ਜਿਹੜੀਆਂ ਇਹ ਪਾਰਟੀਆਂ ਨੇ ਜਿਸ ਤਰੀਕੇ ਦੇ ਨਾਲ ਕੰਮ ਕਰ ਰਹੀਆਂ ਨੇ, ਜਿਸ ਤਰੀਕੇ ਦੇ ਨਾਲ ਇਹ ਹੁਣ 1984 ਦੀ ਜਿਹੜੀ ਸਿੱਖ ਪੀੜ ਸੀ ਉਹਦੇ 'ਤੇ ਰਾਜਨੀਤੀ ਕਰ ਰਹੀਆਂ ਨੇ, ਉੱਤੇ ਵਪਾਰ ਕਰ ਰਹੀਆਂ ਨੇ, ਦੇ ਆਰ ਡੂਇੰਗ ਟ੍ਰੇਡ ਔਨ ਸਿੱਖ ਪੇ, ਇਹ ਬਹੁਤ ਮੰਦਭਾਗੀ ਗੱਲ ਹੈ। ਇਹਨਾਂ ਨੂੰ ਇਸ ਮੌਕੇ ਹੀ 1984 ਦਾ ਜਿਹੜਾ ਕਤਲੇਆਮ ਯਾਦ ਆਉਂਦਾ, ਇਸ ਮੌਕੇ ਹੀ ਦਰਬਾਰ ਸਾਹਿਬ ਦਾ ਹਮਲਾ ਯਾਦ ਆਉਂਦਾ। ਔਰ ਇਹ ਪਾਰਟੀਆਂ ਕੋਈ ਜਸਟਿਸ ਲਈ, ਕੋਈ ਇਨਸਾਫ ਲਈ ਇਹ ਗੱਲ ਨਹੀਂ ਕਰ ਰਹੀਆਂ, ਚਾਹੇ ਮੋਦੀ ਹੋਵੇ ਚਾਹੇ ਰਾਹੁਲ ਗਾਂਧੀ ਹੋਵੇ। ਕਾਂਗਰਸ ਦੇ ਮੱਥੇ 'ਤੇ 1984 ਦਾ ਕਲੰਕ ਹੈ, ਭਾਜਪਾ ਦੇ ਮੱਥੇ 'ਤੇ 2002 ਗੁਜਰਾਤ ਮੁਸਲਮਾਨ ਦੇ ਕਤਲੇਆਮ ਦਾ ਕਲੰਕ ਹੈ, ਅਤੇ ਅਕਾਲੀਆਂ ਦੇ ਮੱਥੇ 'ਤੇ ਬਹੁਤ ਵੱਡਾ ਦਾਗ ਹੈ 2015 ਦੀ ਬੇਹੁਰਮਤੀ ਦਾ। ਇਹ ਦਾਗ ਨਹੀਂ ਮਿਟਣਾ, ਇਹ ਕਲੰਕ ਨਹੀਂ ਮਿਟਣਾ, ਇਹ ਜਿਸ ਤਰੀਕੇ ਦੇ ਨਾਲ ਵੀ ਆਪਣੇ ਆਪ ਨੂੰ ਧੋਣਾ ਚਾਹੁਣਗੇ, ਜੋ ਵੀ ਗੱਲਾਂ ਕਰਦੇ ਨੇ ਉਹ ਇੱਕ ਮਗਰਮੱਛ ਦੇ ਅਥਰੂ ਹੁੰਦੇ ਨੇ, ਸਿਰਫ ਵੋਟਾਂ ਬਟੋਰਨ ਲਈ ਇਹਨਾਂ ਦਾ ਮਕਸਦ ਹੁੰਦਾ ਇਹ ਮੁੱਦੇ ਉਠਾਉਣੇ, ਪਰ ਇਹਨਾਂ ਦੇ ਅੰਦਰੋਂ ਜਿਹੜੀ ਹੈ ਜਿਹੜੀ ਅੰਦਰ ਹੈ ਇਹਨਾਂ ਦਾ ਉਹ ਕਾਲਾ, ਔਰ ਲੋਕ ਇਹ ਜਾਣਦੇ ਨੇ। ਔਰ ਅਸੀਂ ਸਮਝਦੇ ਹਾਂ ਕਿ ਲੋਕਾਂ ਨੂੰ ਇਹਨਾਂ ਦੇ ਉੱਤੇ ਵਿਸ਼ਵਾਸ ਵੀ ਨਹੀਂ ਕਰਨਾ ਚਾਹੀਦਾ, ਔਰ ਇਹਨਾਂ ਦੇ ਛਲਾਵੇ ਵਿੱਚ ਵੀ ਨਹੀਂ ਆਉਣਾ ਚਾਹੀਦਾ, ਚਾਹੇ ਉਹ ਕਾਂਗਰਸ ਦਾ ਰਾਹੁਲ ਗਾਂਧੀ ਹੋਵੇ ਚਾਹੇ ਨਰਿੰਦਰ ਮੋਦੀ ਹੋਵੇ। ਔਰ ਇਹਨਾਂ ਚੋਣਾਂ ਦੇ ਵਿੱਚੋਂ ਕੁਛ ਨਿਕਲਣ ਵਾਲਾ ਨਹੀਂ ਹੈ, ਕਿਉਂਕਿ ਦਲ ਖਾਲਸਾ ਦਾ ਜਿਹੜਾ ਸੰਘਰਸ਼ ਹੈ ਉਹ ਸਵੈ ਨਿਰਣੇ ਦੇ ਹੱਕ ਦਾ ਸੰਘਰਸ਼ ਹੈ, ਆਜ਼ਾਦੀ ਦਾ ਸੰਘਰਸ਼ ਹੈ। ਅਸੀਂ ਰੈਫਰੈਂਡਮ ਦੀ ਮੰਗ ਕਰਦੇ ਹਾਂ ਕਿ ਜਿਹੜਾ ਰੈਫਰੈਂਡਮ ਯੂਨਾਈਟਿਡ ਨੇਸ਼ਨਸ ਦੇ ਅਧੀਨ ਹੋਵੇ ਉਸ ਤਹਿਤ ਅਸੀਂ ਚੋਣਾਂ ਦੇ ਵਿੱਚ ਹਿੱਸਾ ਲਾਂਗੇ। ਅਸੀਂ ਜਮਹੂਰੀਅਤ ਦੇ ਖਿਲਾਫ਼ ਨਹੀਂ ਹਾਂ, ਜਮਹੂਰੀਅਤ ਦੀਆਂ ਕਦਰਾਂ ਕੀਮਤਾਂ ਦੇ ਖਿਲਾਫ਼ ਵੀ ਨਹੀਂ ਹਾਂ, ਪਰ ਜਿਹੜੀ ਮਜ਼ਲੂਮ ਕੌਮਾਂ ਹੁੰਦੀਆਂ ਨੇ ਉਹ ਕਦੀ ਵੀ ਜ਼ਾਲਮ ਦੀ ਜਿਹੜੀ ਚੋਣ ਪ੍ਰਣਾਲੀ ਹੁੰਦੀ ਹੈ, ਜਿਹੜੀਆਂ ਜ਼ਾਲਮ ਦੇ ਥੰਮ ਹੁੰਦੇ ਨੇ, ਉਹਨਾਂ ਨੂੰ ਮਜ਼ਬੂਤੀ ਨਹੀਂ ਬਖਸ਼ਦੀਆਂ। ਸੋ ਇਸ ਕਰਕੇ ਇਸ ਟੀਚੇ ਦੇ ਨਾਲ, ਇਸ ਇਰਾਦੇ ਦੇ ਨਾਲ ਅਸੀਂ ਚੋਣਾਂ ਤੋਂ ਬਾਹਰ ਰਹਿ ਰਹੇ ਹਾਂ।